السلام علیکم ورحمۃ اللہ وبرکاتہ. الحمد للہ وکفا والصلاۃ والسلام علی سید الانبیاء اللهم صل على محمد وعلى آل محمد وبارك وسلم وصل عليه أعوذ بالله السميع العليم من الشيطان الرجيم بسم الله الرحمن الرحيم ومن الناس من يشتري لهو الحديث ليضل عن سبيل الله بغير علم ويتخذها هزوا أولئك لهم عذاب مهين. رکھی یاد حشر دے دن بندیا رکھی یاد حشر دے دن بندیا ختم ہو جانے مل جول سارے رشتے داراں نے بیلیاں یاراں نے اوتھے نہیں کم آنا پاوے ہون کھڑے تیرے کول سارے تیرے سامنے ساڈے سامنے حشر وچ آ جانے بولے منہ وچوں جو بول سارے ہتھاں پیراں نے بولنا ہے جدوں حافظ ادوں کھل جانے ساڈے پول سارے اللہ تعالی دی حمد و ثنا تو بعد بے شمار لا تعداد درود و سلام امام کائنات حضرت محمد الرسول اللہ صلی اللہ علیہ وآلہ وسلم دی ذات گرامی تے اللہ اپنے مصطفیٰ تے کروڑا رحمتہ نازل فرمائے. درود پاک نا کثرت دے نال پڑھیا کرو، کنجوسی نہ کریا کرو، جتھے بھی سرکار دا نا سنو کسے دی زبان تو ہی سن لو، چاہے کوئی زمیندار پٹھے وڈ رہا ہوئے جے سرکار دا نا او لے اون دی زبان چوں سن کے بھی پیار نال کیا کرو صلی اللہ علیہ وسلم. جے مسجد دے اندر سرکار دا نا سنو، گھر دے اندر سرکار دا نا سنو، دکان تے نبی علیہ السلام دا نا سنو، یا کسے بھی عالم دین دی زبان چوں سنو، اینے پیار نال درود پاک پڑھو کہ آسمان والا رحمان دا چھٹا مار دے.
ਮੇਰੇ ਤੋਂ ਪਹਿਲਾਂ ਸਾਡੀ ਜਮਾਤ ਦੇ ਨਾਮਵਾਰ ਖਤੀਬ ਹਾਫਜ਼ ਬੁਖਾਰੀ ਹਾਫਜ਼ ਮਿਸ਼ਕਾਤ ਮੁਹਤਰਮ ਜਨਾਬ ਕਾਰੀ ਮੁਹੰਮਦ ਅਕਬਰ ਅਸਦ ਸਾਹਿਬ ਹਾਫਿਜ਼ਾਹੁਲਾਹੁ ਤਾਲਾ ਖਿਤਾਬ ਫਰਮਾ ਰਹੇ ਸਨ। ਔਰ ਮੇਰੇ ਤੋਂ ਬਾਅਦ ਮੇਰਾ ਬੜਾ ਹੀ ਪਿਆਰਾ ਵੀਰ ਮੁਹਸਨ ਜਾਨ ਨਸ਼ੀਨ ਇਲਾਹਾਬਾਦੀ ਮੁਹਤਰਮ ਜਨਾਬ ਮੌਲਾਨਾ ਮੁਹੰਮਦ ਇਮਰਾਨ ਸ਼ਰੀਫ ਸਾਹਿਬ ਇਲਾਹਾਬਾਦੀ ਹਾਫਿਜ਼ਾਹੁਲਾਹ ਤਾਲਾ ਤਸ਼ਰੀਫ ਫਰਮਾ ਨੇ ਬਿਆਨ ਨਾਵੀ ਕਰਨ ਨਾ ਲੋਕ ਇਹਨਾਂ ਦੀ ਜ਼ਿਆਰਤ ਕਰਨ ਵਾਸਤੇ ਆਉਂਦੇ ਨੇ ਕਿ ਇਲਾਹਾਬਾਦੀ ਸਾਹਿਬ ਦੀ ਨਿਸ਼ਾਨੀ ਦੁਆ ਫਰਮਾਓ ਅੱਲਾ ਮੇਰੇ ਵੀਰ ਦੀ ਉਮਰ ਚ ਬਰਕਤ ਫਰਮਾਏ। ਔਰ ਅੱਜ ਦਾ ਇਹ ਪ੍ਰੋਗਰਾਮ ਮੋਹਤਰਮ ਜਨਾਬ ਭਾਈ ਅਬਦੁਲ ਹਮੀਦ ਸ਼ਾਕਰ ਸਾਹਿਬ ਔਰ ਭਾਈ ਸ਼ਹਿਬਾਜ਼ ਸਾਹਿਬ ਔਰ ਭਾਈ ਇਮਰਾਨ ਸਾਹਿਬ ਔਰ ਦਿਗਰ ਉਹਨਾਂ ਦੇ ਰੁਫਾਕਾ ਔਰ ਖਸੂਸੀ ਤੌਰ ਤੇ ਕਿੰਨੀਆਂ ਪਿਆਰੀਆਂ ਗੱਲਾਂ ਸੁਣਾਉਂਦੇ ਨੇ ਮੇਰੇ ਬੜੇ ਪਿਆਰੇ ਵੀਰ ਛੋਟਾ ਵੀਰ ਮੋਹਤਰਮ ਜਨਾਬ ਮੌਲਾਨਾ ਹਾਫਿਜ਼ ਨਫੀਸ ਸਾਹਿਬ ਅੱਲਾ ਮੇਰੇ ਵੀਰ ਦੀ ਉਮਰ ਚ ਬਰਕਤ ਫਰਮਾ। ਮਾਸ਼ਾਅੱਲਾ ਹਾਫਿਜ਼ ਅਹਿਸਾਨ ਸਾਹਿਬ ਅੱਲਾ ਕਰੀਮ ਜਿੰਨੇ ਵੀ ਤਸ਼ਰੀਫ ਫਰਮਾ ਨੇ ਅਸਟੇਜ ਤੇ ਉਲਾਮਾ ਔਰ ਤੁਸੀਂ ਜਿੰਨੇ ਵੀ ਆਏ ਹੋ ਅੱਲਾ ਸਭ ਦਾਨਾ ਕਬੂਲ ਫਰਮਾ ਲੈ। ਮੈਂ ਥੋੜੇ ਜਿਹੇ ਟਾਈਮ ਚ ਨਾ ਇੱਕ ਤੁਹਾਨੂੰ ਸਬਕ ਇੱਕ ਤੁਹਾਨੂੰ ਦਰਸ ਦੇਣਾ ਚਾਹਨਾ। ਇੱਕ ਐਸਾ ਗੁਨਾਹ ਜਿਹੜਾ ਆਏ ਦਿਨ ਉਰੂਜ ਤੇ ਜਾ ਰਿਹਾ ਔਰ ਉਹ ਐਸਾ ਗੁਨਾਹ ਜਿਹੜਾ ਘਰਾਂ ਵਿੱਚ ਵੀ ਹੋ ਰਿਹਾ ਹੈ ਰਾਸਤਿਆਂ ਵਿੱਚ ਵੀ ਹੋ ਰਿਹਾ ਹੈ ਔਰ ਆ ਗੱਡੀਆਂ ਕਾਰਾਂ ਜਿਹਨੂੰ ਅਸੀਂ ਮੌਤ ਦਾ ਮੂੰਹ ਆਨੇ ਆ ਨਾ ਬੱਸਾਂ ਕਾਰਾਂ ਗੱਡੀਆਂ ਕਾਰਾਂ ਬੱਸਾਂ ਚ ਵੀ ਹੋ ਰਹੇ ਹਨ ਔਰ ਬੰਦਾ ਇਹਨਾਂ ਗੁਨਾਹ ਉਰੂਜ ਤੇ ਪਹੁੰਚ ਚੁੱਕਿਆ ਹੈ ਜ਼ਮੀਨ ਤੋਂ 36-37-38 ਹਜ਼ਾਰ ਦੀ ਬੁਲੰਦੀ ਤੇ ਇਨਸਾਨ ਆਉਂਦਾ ਜਹਾਜ਼ਾਂ ਚ ਔਰ ਜਹਾਜ਼ਾਂ ਵਿੱਚ ਵੀ ਇਹ ਗੁਨਾਹ ਹੋ ਰਹੇ ਹਨ। ਅਗਰ ਅੱਲਾ ਨਾ ਕਰੇ ਮਾਮਲਾ ਖਰਾਬ ਬਣ ਜਾਏ ਜ਼ਮੀਨ ਤੇ ਜਹਾਜ਼ ਡਿੱਗ ਗਏ ਜਹਾਜ਼ ਦੀ ਕੋਈ ਸ਼ੈ ਲੱਭਦੀ ਨਹੀਂ ਬੰਦਾ ਕਿੱਥੋਂ ਲੱਭਣਾ। ਇਹ ਗੁਨਾਹ ਜਹਾਜ਼ਾਂ ਵਿੱਚ ਵੀ ਹੋ ਰਹੇ ਹਨ ਔਰ ਬਾਜ਼ਾਰਾਂ ਅੰਦਰ ਵੀ ਰਾਸਤਿਆਂ ਅੰਦਰ ਵੀ ਦੁਕਾਨਾਂ ਤੇ ਵੀ ਔਰ ਹੱਤਾ ਕਿ ਅੱਲਾ ਦੇ ਘਰਾਂ ਮਸਜਿਦਾਂ ਵਿੱਚ ਵੀ ਇਹ ਗੁਨਾਹ ਕੀਤਾ ਜਾ ਰਿਹਾ। ਉਹ ਹੈ ਗੁਨਾਹ ਆ ਗਾਣਾ ਮੌਸੀਕੀ ਦੀ ਆਵਾਜ਼ ਅਗਰ ਕੋਈ ਬੰਦਾ ਚਾਹੇ ਨਾ ਇਸ ਦੌਰ ਚ ਕਿ ਮੈਂ ਇਹਦੇ ਕੋਲੋਂ ਬਚ ਜਾ ਇਹਨਾਂ ਅੱਲਾ ਦੀ ਕਸਮੇ ਗੁਨਾਹ ਉਰੂਜ ਤੇ ਪਹੁੰਚ ਚੁੱਕੇ ਹਨ ਹੁਣ ਬਚਣਾ ਇੰਨਾ ਨਾਮੁਮਕਿਨ ਮੁਸ਼ਕਲ ਹੋ ਚੁੱਕੇ ਹਨ। ਦੁਆ ਫਰਮਾਓ ਅੱਲਾ ਸਾਨੂੰ ਇਸ ਲਾਂਤ ਕੋਲੋਂ ਮਹਿਫੂਜ਼ ਫਰਮਾ ਲੈ। ਹਾਂ ਅਗਰ ਅੱਲਾ ਬਚਾ ਲੈ ਉਹ ਮਰਜ਼ੀਆਂ ਵਾਲਾ ਕਾਦਰ ਹੈ ਬੰਦਾ ਮਸਜਿਦ ਚ ਨਮਾਜ਼ ਪੜ੍ਹਨ ਆਇਆ ਨਾ ਨਮਾਜ਼ ਔਰ ਕਈਆਂ ਦੀ ਜੇਬ ਚ ਪਹਿਲੀ ਸਭ ਚ ਖੜਿਆ ਗਾਣਾ ਮੋਬਾਈਲ ਚ ਬੋਲ ਪੈਂਦਾ ਔਰ ਇਥੋਂ ਤੱਕ ਅਗਰ ਕੋਈ ਬੰਦਾ ਨਾ ਵੀ ਸੁਣਨਾ ਚਾਹੇ ਮੌਲਵੀ ਸਾਹਿਬ ਮੁਸੱਲੇ ਤੇ ਬਹਿ ਕੇ ਜਮਾਤ ਦਾ ਸਲਾਮ ਫੇਰਿਆ ਔਰ ਕਾਰੀ ਸਾਹਿਬ ਦੇ ਮੋਬਾਈਲ ਦੀ ਬੈਲ ਬੰਨਦੇ ਔਰ ਉਹਨੂੰ ਨਮਾਜ਼ ਚ ਕੋਈ ਟੈਲੀਫੋਨ ਆਇਆ ਉਹਨੇ ਸਲਾਮ ਫੇਰਿਆ ਸੁਣਦਾ ਪੜੀਆਂ ਮਸੱਲੇ ਤੇ ਬਹਿ ਕੇ ਪਿਛਾਂ ਕਾਲ ਕੀਤੀ ਵੀ ਖੈਰ ਹੋਵੇ ਸੀ ਕੌਣ ਜੇ ਪਿਛਾਂ ਕਾਲ ਕੀਤੀ ਕਾਰੀ ਸਾਹਿਬ ਨੇ ਅੱਗੋਂ ਉਹ ਚੌਧਰੀ ਸਾਹਿਬ ਨੇ ਮੋਬਾਈਲ ਦੇ ਵਿੱਚ ਜਿਹੜੀ ਟੂਨ ਲਾਈ ਏ ਉਹ ਵੀ ਗਾਣਾ ਨਸੀਬੋ ਲਾਲ ਉਹ ਵੀ ਗਾਣਾ ਲਾਇਆ ਸੂ ਕਾਰੀ ਸਾਹਿਬ ਨੂੰ ਮਸੱਲੇ ਤੇ ਬਹਿ ਕੇ ਸੁਣਨ ਤੇ ਮਜਬੂਰ ਕਰ ਦਿੱਤਾ ਸੂ ਉਹ ਗੁਨਾਹ ਜ਼ਬਰਦਸਤੀ ਕਰਾਇਆ ਜਾ ਰਿਹਾ। ਦੁਆ ਫਰਮਾਓ ਅੱਲਾ ਇਸ ਲਾਨਤ ਕੋਲੋਂ ਮਹਿਫੂਜ਼ ਫਰਮਾ ਲੈ। ਔਰ ਕਾਇਨਾਤ ਦੇ ਸਰਦਾਰ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪ ਸਰਕਾਰ ਦਾ ਇੱਕ ਯਾਰੇ ਜਿੰਦਾ ਨਾਮ ਹਜ਼ਰਤ ਅਬਦੁੱਲਾ ਬਿਨ ਮਸੂਦ ਸਾਬਕਾ ਦੇ ਰਜ਼ੀ ਅੱਲਾਹੁ ਤਾਲਾ ਅਨਹੁ ਕੌਣ ਅਬਦੁੱਲਾ ਨੇ ਅੱਲਾ ਪਾਕ ਦੀ ਕਸਮ ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ
ਕਹਿੰਦੇ ਸਨ ਲੋਗੋ ਤੀਆਂ ਸਪਾਰਿਆਂ ਵਿੱਚੋਂ ਜਿਹੜੀ ਮਰਜ਼ੀ ਐਤ ਪੜ ਕੇ ਪੁੱਛ ਲਓ, ਮੈਂ ਦੱਸ ਸਕਦਾ ਵਾਂ ਕਿ ਸਹਿਦ ਦਾ ਮਫਹੂਮ ਤੇ ਦਾ ਸ਼ਾਨੇ ਨਜ਼ੂਲ ਕੀ ਏ। ਇਨਾ ਬੜਾ ਆਲਮੇ ਦੀਨੇ ਸਿਹਾਬਾ ਇੱਕ ਦਿਨ ਕਹਿਣ ਲੱਗੇ ਨਾ, ਆਂਦੇ ਨੇ ਓਏ ਅਬਦੁੱਲਾ ਬਿਨ ਮਸੂਦ ਜੀ, ਕਹਿ ਦਿਓ ਰਜ਼ੀ ਅੱਲਾਹੁ ਤਾਲਾ ਨੂ ਸਰਕਾਰ ਦੇ ਯਾਰਾਂ ਦਾ ਨਾਮ ਆਏ, ਸ਼ਰਮ ਨਾ ਕਰਿਆ ਕਰੋ, ਅੱਲਾਹ ਪਾਕ ਦੀ ਇੱਜ਼ਤ ਦੀ ਕਸਮ ਏ, ਅੱਲਾਹ ਪਾਕ ਨੇ ਇਹਨਾਂ ਦੀਆਂ ਜੇਬਾਂ ਚ ਦੁਨੀਆਂ ਤੇ ਜੰਨਤ ਦੇ ਟਿਕਟ ਪਾ ਛੱਡੇ ਸਨ, ਤੁਰਦਿਆਂ ਜੰਤੀ ਅੱਲਾ ਨੇ ਕਹਿ ਛੱਡਿਆ। ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ ਸਿਹਾਬਾ ਦਿਨੇ ਓਏ ਅਬਦੁੱਲਾ ਜੀ, ਵਾ ਮਿਨਨ ਨਾਸ ਮੈਂ ਅਸ਼ਤਰੀ ਲਾਹੋ ਅਲ ਹਦੀਸ, ਇਹਦੇ ਤੋਂ ਮੁਰਾਦ ਕੀ ਏ, ਇਹਦਾ ਮੈਨਾ ਏ ਵੇ। ਅੱਲਾ ਪਾਕ ਫਰਮਾਉਂਦੇ ਨੇ, ਬਾਜ਼ ਬੰਦਿਆਂ ਵਿੱਚੋਂ ਕੋਈ ਲੋਕ ਐਸੇ ਨੇ ਹੱਥੋਂ ਪੈਸੇ ਦੇ ਕੇ ਤੇ ਗਾਣੇ ਦੀਆਂ ਆਵਾਜ਼ਾਂ ਮੌਸੀਕੀ ਦੀਆਂ ਆਵਾਜ਼ਾਂ ਮੁੱਲ ਖਰੀਦ ਖਰੀਦ ਕੇ ਲਿਆ ਰਹੇ ਨੇ, ਓਏ ਸੱਤੋ ਕਹਿੰਦੇ ਰਹਿਣ ਵਾਲਿਆ, ਅੱਲਾ ਪਾਕ ਦੀਆਂ ਦਿੱਤੀਆਂ ਦੌਲਤ ਇਹ ਗਾਣਿਆਂ ਤੇ ਖਰਚ ਨਾ ਕਰੀ, ਵਰਨਾ ਕਿਆਮਤ ਵਾਲੇ ਦਿਨ ਅੱਲਾ ਪਾਕ ਨੇ ਆਪਣੀ ਅਦਾਲਤ ਚ ਖੜਿਆਂ ਕਰ ਲੈਣਾ ਏ। ਅੱਲਾ ਪਾਕ ਫਰਮਾਨਗੇ, ਓਏ ਦੱਸ ਨਾ ਪੈਸੇ ਕਿੱਥੇ ਲਾ ਕੇ ਆਇਆ ਏ, ਦੌਲਤਾਂ ਕਮਾਈਆਂ ਕਿਵੇਂ ਸੀ ਤੇ ਲਾਈਆਂ ਕਿੱਥੇ ਨੇ, ਓਏ ਗਾਣਿਆਂ ਤੇ ਪੈਸੇ ਨਾ ਲਾਇਆ ਕਰ, ਇਹਨਾਂ ਕੰਜਰਾਂ ਤੇ ਪੈਸੇ ਨਾ ਸੁੱਟਿਆ ਕਰ, ਉਹ ਜੇ ਤੇਰੇ ਕੋਲ ਇੰਨੇ ਪੈਸੇ ਨੇ ਕਿਸੇ ਗਰੀਬ ਦੇ ਬੱਚੇ ਨੂੰ ਕੱਪੜਿਆਂ ਦਾ ਸੂਟ ਹੀ ਲੈ ਦੇਣਾ, ਉਹ ਜੇ ਤੇਰੇ ਕੋਲ ਇੰਨੇ ਪੈਸੇ ਨੇ ਓਏ ਗਾਣਿਆਂ ਤੇ ਨਾ ਲਾਇਆ ਕਰ, ਕਿਸੇ ਮਾੜੇ ਗਰੀਬ ਯਤੀਮ ਬੱਚੇ ਨੂੰ ਜੁੱਤੀ ਲੈ ਕੇ ਦੇ ਕੇ ਵੇਖ ਤਾਂ ਸਹੀ ਨਾ ਅਸਮਾਨ ਵਾਲਾ ਰਾਜ਼ੀ ਕਿਵੇਂ ਹੋ ਜਾਂਦਾ ਏ। ਅੱਲਾ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾ ਅਲੈਹ ਸੱਲਮ ਆਪ ਸਰਕਾਰ ਦਾ ਯਾਰ ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ ਇਹ ਕਹਿਣ ਲੱਗੇ, ਮੈਨੂੰ ਅੱਲਾ ਪਾਕ ਦੀ ਕਸਮ ਏ, ਓਏ ਸੱਤੋ ਕਹਿੰਦੇ ਰਹਿਣ ਵਾਲਿਓ, ਅਗਰ ਸਿਹਾਬਾ ਕਿਰਾਮ ਕਸਮਾਂ ਨਾ ਵੀ ਖਾਨ ਸਾਨੂੰ ਤਾਂ ਵੀ ਯਕੀਨ ਏ, ਸਿਹਾਬਾ ਕਸਮਾਂ ਨਾ ਵੀ ਉਠਾਨ ਸਾਨੂੰ ਤਾਂ ਵੀ ਸਿਹਾਬਾ ਦੀ ਜ਼ਬਾਨ ਤੇ ਯਕੀਨ ਨੇ ਨਾ, ਲੇਕਿਨ ਇਸ ਦੇ ਬਾਵਜੂਦ ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ ਆਂਦੇ ਨੇ, ਮੈਨੂੰ ਅੱਲਾ ਪਾਕ ਦੀ ਕਸਮ ਏ, ਮੈਨੂੰ ਅੱਲਾ ਪਾਕ ਦੀ ਕਸਮ ਏ, ਮੈਨੂੰ ਅੱਲਾ ਪਾਕ ਦੀ ਕਸਮ ਏ, ਤਿੰਨ ਕਸਮਾਂ ਖਾ ਕੇ ਕਹਿਣ ਲੱਗੇ। ਆਂਦੇ ਨੇ ਨਬੀ ਅਲੈਹ ਸਲਾਮ ਦੇ ਯਾਰੋ ਸੁਣ ਲਓ, ਅੱਲਾ ਦੀ ਕਸਮ ਏ, ਇਹਦੇ ਤੋਂ ਮੁਰਾਦ ਗਾਣੇ ਦੀ ਆਵਾਜ਼ ਏ, ਇਹਦੇ ਤੋਂ ਮੁਰਾਦ ਮੌਸੀਕੀ ਦੀ ਆਵਾਜ਼ ਏ, ਓਏ ਗਾਣੇ ਸੁਣਦਾ ਸੁਣਦਾ ਸੌ ਜਾਣਾ ਏ, ਅਗਰ ਇਸੇ ਹਾਲ ਚ ਮੌਤ ਆ ਗਈ ਅੱਲਾ ਦੀ ਕਸਮ ਏ, ਕਿਹੜਾ ਮੂੰਹ ਲੈ ਕੇ ਜਾਏਗਾ। ਅਗਰ ਗੱਡੀ ਕਾਰ ਦੇ ਅੰਦਰ ਗਾਣੇ ਸੁਣਦਿਆਂ ਸੁਣਦਿਆਂ ਅਗਰ ਰੋਡ ਤੇ ਐਕਸੀਡੈਂਟ ਹੋ ਗਿਆ ਨਾ, ਅੱਲਾ ਦੇ ਦਰਬਾਰ ਚ ਕਿਹੜਾ ਮੂੰਹ ਲੈ ਕੇ ਜਾਵਾਂਗੇ। ਡਰ ਜਾ ਅੱਲਾ ਪਾਕ ਦੇ ਗਜ਼ਬ ਕੋਲੋਂ ਡਰ ਜਾਣਾ, ਕਾਇਨਾਤ ਦੇ ਸਰਦਾਰ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਸੱਲਮ ਆ ਫਰਮਾਉਂਦੇ ਨੇ, ਜਿੱਥੇ ਘੰਟੀ ਦੀ ਆਵਾਜ਼ ਹੋਵੇ ਔਰ ਜਿੱਥੇ ਢੋਲ ਦੀ ਆਵਾਜ਼ ਹੋਵੇ, ਆ ਫਰਮਾਉਂਦੇ ਨੇ, ਔਰ ਜਿੱਥੇ ਮੌਸੀਕੀ ਦੀ ਆਵਾਜ਼ ਹੋਵੇ ਉੱਥੇ ਰਹਿਮਤ ਦਾ ਫਰਿਸ਼ਤਾ ਲਾਗੇ ਤੱਕ ਨਹੀਂ ਆਉਂਦਾ, ਔਰ ਜੇ ਰਹਿਮਤ ਦੂਰ ਚਲੀ ਗਈ ਅੱਜ ਸਾਡੀਆਂ ਦੁਆਵਾਂ ਕਿਉਂ ਨਹੀਂ ਕਬੂਲ ਹੋ ਰਹੀਆਂ।
ਇਹਦੇ ਅੰਦਰ ਵਜ੍ਹਾ ਕੀ ਅੱਜ ਅਸੀਂ ਦੁਆਵਾਂ ਮੰਗ ਮੰਗ ਕੇ ਥੱਕ ਗਏ ਆਂ ਅਏ ਸਾਡੀਆਂ ਦੁਆਵਾਂ ਕਿਉਂ ਨਹੀਂ ਕਬੂਲ ਹੋ ਰਹੀਆਂ ਅਏ ਸਾਡੀ ਜੇਬ ਦੇ ਅੰਦਰ ਅੱਜ ਗਾਣੇ ਮੋਬਾਈਲ 'ਚ ਰੱਖੇ ਹੋਏ ਨੇ ਉਧਰ ਮਸਜਿਦ 'ਚ ਦੁਆ ਕਰਕੇ ਬਾਹਰ ਨਿਕਲੇ ਨਾਲ ਗਾਣੇ ਲਾ ਕੇ ਸੁਣਦਾ ਰਿਹਾ ਏ ਓਏ ਦੁਆਵਾਂ ਕਿਵੇਂ ਕਬੂਲ ਹੋਣ ਰਹਿਮਤ ਦਾ ਫਰਿਸ਼ਤਾ ਤੇ ਦੂਰ ਦੂਰ ਤੱਕ ਲਾਗੇ ਨਹੀਂ ਆਉਂਦਾ ਇਹ ਕਾਇਨਾਤ ਦੇ ਸਰਦਾਰ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪ ਸਰਕਾਰ ਨੇ ਆਖਿਆ ਓਏ ਜਿੱਥੇ ਗਾਣੇ ਦੀ ਆਵਾਜ਼ ਹੋਵੇ ਓਏ ਜਿੱਥੇ ਮੋਸੀਕੀ ਦੀ ਆਵਾਜ਼ ਹੋਵੇ ਉੱਥੇ ਰਹਿਮਤ ਦਾ ਫਰਿਸ਼ਤਾ ਕੋਈ ਨਹੀਂ ਆਉਂਦਾ ਅੱਲਾਹ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪ ਸਰਕਾਰ ਮੱਕਾ ਮੁਕਰਮਾ ਅੰਦਰ ਤਸ਼ਰੀਫ ਫਰਮਾਨੇ ਸਰਕਾਰ ਨੂੰ ਫਰਿਸ਼ਤੇ ਲੈਣ ਲਈ ਆ ਗਏ ਅੱਲਾਹ ਪਾਕ ਦਾ ਹੁਕਮ ਏ ਅੱਲਾਹ ਪਾਕ ਫਰਮਾਉਂਦੇ ਨੇ ਮਹਿਬੂਬਾ ਸੁੱਤੇ ਰਹਿਣ ਸਿੱਦੀਕ ਫਾਰੂਕ ਹੋਰੀ ਸੁੱਤੇ ਰਹਿਣ ਸਿੱਦੀਕ ਫਾਰੂਕ ਹੋਰੀ ਤੂੰ ਫਲਕਾਂ ਤੇ ਆ ਜਾ ਚੁੱਪ ਕਰਕੇ ਬੋਰਾਕ ਤੇ ਚੜ ਕੇ ਲੈ ਲਸਰਾਵ ਅਕਸਾ ਨੂੰ ਸਜਾ ਜਾ ਚੁੱਪ ਕਰਕੇ ਅਕਸਾ ਵਿੱਚ ਨੇ ਨਿਸ਼ਾਨ ਕਈ ਜੋ ਬਣਾਏ ਸੋਨਿਆ ਤੇਰੇ ਵੇਖਣ ਲਈ ਓਏ ਮਹਿਬੂਬਾ ਮੁੜ ਵੇ ਮੁੜ ਮੁੜ ਵੇਖਣ ਸਾਰੇ ਨਬੀ ਦੋ ਰਕਤਾਂ ਪੜਾ ਜਾ ਚੁੱਪ ਕਰਕੇ ਮੇਰੇ ਹੋਰਾਂ ਤੇ ਫਰਿਸ਼ਤੇ ਮਲਕਾ ਦਿਸਦੇ ਨੇ ਪਿਆਰੀ ਸ਼ਕਲ ਵਖਾ ਜਾ ਚੁੱਪ ਕਰਕੇ ਅੱਲਾਹ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆ ਫਰਮਾਉਂਦੇ ਨੇ ਮੈਂ ਪਹਿਲੇ ਆਸਮਾਨ ਤੋਂ ਦੂਸਰੇ ਤੀਸਰੇ ਆਸਮਾਨ ਤੇ ਓਏ ਸਤੋਂ ਕੀ ਦੇ ਰਹਿਣ ਵਾਲੇ ਹੋ ਅੱਲਾਹ ਪਾਕ ਨੇ ਸਾਨੂੰ ਕਿਸ ਪੈਗੰਬਰ ਦਾ ਉਮਤੀ ਬਣਾ ਛੱਡਿਆ ਨਾ ਜਿੰਦਾ ਨਾ ਏ ਮੁਹੰਮਦ ਅੱਲਾਹ ਦੇ ਪਾਕ ਪੈਗੰਬਰ ਦੋਵਾਂ ਜਹਾਨਾਂ ਦੇ ਸਰਦਾਰ ਨੂੰ ਆਸਮਾਨ ਤੋਂ ਜਬਰੀਲ ਲੈਣ ਲਿਆਏ ਨੇ ਹਾਲਾਂਕਿ ਮੂਸਾ ਅਲੈਹਿ ਸਲਾਮ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੋਣ ਲਈ ਕੋਹੇ ਤੂਰ ਤੇ ਜਾ ਰਹੇ ਸਨ ਮੂਸਾ ਅਲੈਹਿ ਸਲਾਮ ਅਨ ਕਰਕੇ ਕੋਹੇ ਤੂਰ ਦੇ ਨਜ਼ਦੀਕ ਆਏ ਨੇ ਉਤੋਂ ਆਵਾਜ਼ਾਂ ਆ ਗਈਆਂ ਨਾ ਅੱਲਾਹ ਪਾਕ ਫਰਮਾਉਂਦੇ ਨੇ ਫਖਲਾ ਨਾ ਲਈਕ ਓਏ ਮੇਰੇ ਮੂਸਾ ਪੈਗੰਬਰ ਹੁਣ ਕੋਹੇ ਤੂਰ ਤੇ ਆ ਗਏ ਜੇ ਹੁਣ ਤੁਸੀਂ ਆਪਣੇ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੋਣ ਲੱਗੇ ਜੇ ਹੁਣ ਜੁੱਤੀਆਂ ਪਰੇ ਉਤਾਰ ਕੇ ਆਣਾ ਅੱਲਾਹ ਪਾਕ ਮੂਸਾ ਅਲੈਹਿ ਸਲਾਮ ਨੂੰ ਕਹਿ ਰਹੇ ਨੇ ਫਖਲਾ ਨਾ ਲਈਕ ਓਏ ਮੇਰੇ ਮੂਸਾ ਪੈਗੰਬਰ ਹਾਲਾਂਕਿ ਮੂਸਾ ਅਲੈਹਿ ਸਲਾਮ ਓਏ ਸਤੋ ਕਿਧਰ ਰਹਿਣ ਵਾਲਿਓ ਓਏ ਕੋਹ ਤੂਰ ਤੇ ਗਏ ਸਨ ਅੱਗੋਂ ਆਵਾਜ਼ਾਂ ਆ ਗਈਆਂ ਸਨ ਫਖਲਾ ਫਖਲਾ ਨਾ ਲਈਕ ਇੰਨਾ ਕਾਬਿਲ ਵਾ ਦਿਲ ਮੁਕੱਦਸੀ ਤੂੰ ਅੱਲਾਹ ਪਾਕ ਫਰਮਾਉਂਦੇ ਨੇ ਓਏ ਮੇਰੇ ਮੂਸਾ ਪੈਗੰਬਰ ਹਾਂ ਅੱਲਾਹ ਜੀ ਕਿਉਂ ਕਮੇ ਅੱਲਾਹ ਪਾਕ ਫਰਮਾਉਂਦੇ ਨੇ ਓਏ ਮੇਰੇ ਮੂਸਾ ਪੈਗੰਬਰ ਹੁਣ ਜੁੱਤੀਆਂ ਪਰੇ ਉਤਾਰ ਕੇ ਆਣਾ ਅੱਲਾਹ ਜੀ ਕੀ ਗੱਲ ਏ ਅੱਲਾਹ ਪਾਕ ਫਰਮਾਉਂਦੇ ਨੇ ਇੰਨਾ ਕਾਬਿਲ ਵਾ ਦਿਲ ਮੁਕੱਦਸੀ ਤੂੰ ਹੁਣ ਤੁਸੀਂ ਪਾਕ ਧਰਤੀ ਤੇ ਆ ਗਏ ਜੇ ਹੁਣ ਤੁਸੀਂ ਆਪਣੇ ਅੱਲਾਹ ਦੇ ਨਾਲ ਹਮ ਕਲਾਮ ਹੋਣ ਲੱਗੇ ਜੇ ਜੁੱਤੀਆਂ ਪਰੇ ਉਤਾਰ ਕੇ ਆਣਾ ਹਾਏ ਸਦਕੇ ਜਾਵਾਂ ਵਾਰੀਆਂ ਆਈਆਂ ਤੇਰੇ ਤੇ ਮੇਰੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ
सल्लल्लाहु अलैहि वसल्लम मेरे सरकार ने पहला समान क्रॉस कर लिया है ना, अगों आवाजा नहीं आईया फखलाना अलैक, ओए मेरे महबूब जुतियां उतार के आसमाना ते आवी, ओए ना ना मेरी सरकार दूसरे आसमान ते गए अगों आवाजा नहीं आईया, नबी अलैहि सलाम तीसरे चौथे पंजवे छठे सतवें आसमान तक पहुंच गए ने, अगों आवाजा नहीं आईया, ओए मेरी सरकार बॉर्डर क्रॉस करन लगे ने उत्तों आवाजा नहीं आईया, महबूबा जुतियां उतार के आवी, असल च अल्लाह पाक ने दसना है सी लोगो दुनिया वाले ओ, असल च दसना है चाना वा ऐ सत्ते जमीन सत्ते आसमान, मैं सारे अपने महबूब दियां जुतियां दे थले कर दिते ने, असल च अल्लाह पाक दसना है चांदे सन ऐ सत्ते जमीन ते सत्ते आसमान, ए मेरे पाक मुहम्मद सल्लल्लाहु अलैहि वसल्लम दे ए कदमा जुतियां दे थले ने, अल्लाह पाक ने एडी शान अता फरमाई, अल्लाह दे पाक पैगंबर दोवां जहाना दे सरदार फरमांदे ने, मैं आसमाना ते गया मैं निशानियां वेखियां ना, मैं जहन्नम दे अंदर अन करके एक जुबा एक जमात नो वेख्या ना, आ फरमांदे ने मैं अपनी अखां दे नाल वेख्या ए, ओए सतो की दरियां वाले ओ सुन लो ध्यान दे नाल, ओए नौजवानो ओए गाने दे शौकीनो अज सुन लो ध्यान दे नाल, ओए जिंदगी दा ते पता कोई नहीं कायनात दे सरदार पैगंबर नु, ओए चलो उस पैगंबर नु अखां नाल वेख्या नहीं, अज उंदी गल ही ध्यान नाल सुन लो, आ फरमांदे ने मैं जहन्नम दे अंदर ओए दुआ करया कर हर नमाज तो बाद, हर नमाज विच क्या कर, अल्लाहुम्मा इन्नी औज़ु बिका मिन अज़ाबिल कब्र व औज़ु बिका मिन अज़ाबि जहन्नम, ओए सुबह दी नमाज तो बाद, ओए शाम दी नमाज तो बाद सात वारी क्या कर, अल्लाहुम्मा अजरनी मिन नार, अल्लाह सोनिया ओ जहन्नम वखावी वी नाम, अल्लाह तत्ती हवा भी ना लगन देवी, मैनू काबा दे रब की कसम अज बंदे ओए बड़ी जल्दी नाल ते कह देंदे ने, उत्थे जाके वी नहीं बलांगे उत्थे जाके वेखी जाएगी ना, इवें ना आख्या कर ओ जहन्नम नू वेख, उत्थे ते नबी भी डोले खा जानगे, ओए तेरी ते मेरी की हसीयत ओए आदम अलैहि सलाम तो लैके ओए क्यामत तक, आज जिन्नियां उम्मतां भी आईयां ने ए सारियां उम्मतां कठियां कर लईयां जान, एक नबी दी शान नू नहीं पहुंच सकदियां, क्योंकि नबी नबी होंदे उम्मती उम्मती होंदे, ओए वली जिन्ने मर्जी कठे हो जान एक नबी दी इज्जत नू नहीं पहुंच सकदे ना, एक नबी दी शान नू नहीं पहुंच सकदे, अल्लाह दे पाक पैगंबर जनाबे मुहम्मद सल्लल्लाहु अलैहि वसल्लम, आप सरकार फरमांदे ने ओ जहन्नम नू वेखे साडे बाप ओ जद्दो लंबिया हजरत इब्राहिम अलैहि सलाम अंज करके डिग पैणगे जहन्नम नू वेखे, ओ जे नबी डिग पैणगे ते तेरा ते मेरा की बनेगा, बाबे नक्शा खिचया ते कमाला कर छड़िया ना, आंदे ने पैणां नू छड दित्ता जहन्नम नू वेखे होवे की, बाबा जी आंदे ने पैनां नूं छड दित्ता अज सकियां परावां ने याद नहीं कीता दोस्त यार अशनावां ने, ओए छड दित्ता रोंदा बच्चा अज जम दियां मावां ने पुत्तर नूं याद नहीं, ओए किथे गई माईया
ਆਮ ਚਿੱਠੀਆਂ ਸਮਾਨੋ ਅਹਿਮਦ ਸਰਵਰ ਤੇ ਆਈ ਆਮ ਆ ਫਰਮਾਉਂਦੇ ਨੇ ਮੈਂ ਅੱਖਾਂ ਦੇ ਨਾਲ ਵੇਖਿਆ ਏ ਓਏ ਮੇਰੀ ਉਮਤ ਵਾਲਿਓ ਡਰ ਜਾਓ ਮੈਂ ਆਪ ਵੇਖਿਆ ਏ ਆ ਫਰਮਾਉਂਦੇ ਨੇ ਇੱਕ ਜਮਾਤ ਐਸੀ ਉਹਨਾਂ ਦੇ ਕੰਨਾਂ ਦੇ ਅੰਦਰ ਅੱਲਾ ਪਾਕ ਦੇ ਫਰਿਸ਼ਤੇ ਐ ਸ਼ੀਸ਼ਾ ਪਿਘਲਾ ਪਿਘਲਾ ਕੇ ਇਹ ਸ਼ੀਸ਼ਾ ਵੀ ਜਹੰਨਮ ਦਾ ਅੱਗ ਵੀ ਜਹੰਨਮ ਦੀ ਓਏ ਦੁਨੀਆਂ ਦੀ ਅੱਗ ਤੇ ਕੌੜਾ ਤੇਲ ਆ ਸਰੋਂ ਦਾ ਤੇਲ ਇਹਨੂੰ ਅੱਗ ਤੇ ਗਰਮਾ ਕੇ ਉਬਲਦਾ ਕੰਨਾਂ ਚ ਪਾ ਕੇ ਵੇਖ ਲਈ ਅਗਰ ਇਹ ਤੇਲ ਬਰਦਾਸ਼ਤ ਦੁਨੀਆਂ ਦੀ ਅੱਗ ਦਾ ਹੋ ਗਿਆ ਨਾ ਉਹ ਵੀ ਬਰਦਾਸ਼ਤ ਹੋ ਜਾਏਗਾ ਓਏ ਨਾ ਨਾ ਡਰ ਜਾ ਅੱਲਾ ਪਾਕ ਦੇ ਗਜ਼ਬ ਕੋਲੋਂ ਆ ਫਰਮਾਉਂਦੇ ਨੇ ਇਹਨਾਂ ਦੇ ਕੰਨਾਂ ਚ ਸ਼ੀਸ਼ਾ ਪਿਘਲਾ ਕੇ ਪਾਇਆ ਜਾ ਰਿਹਾ ਏ ਮੈਂ ਆਖਿਆ ਓਏ ਜਬਰੀਲ ਐ ਬੰਦੇ ਕੌਣ ਨੇ ਆਖਿਆ ਮੈਂ ਬੋਬਾ ਇਹ ਤੁਹਾਡੀ ਉਮਰ ਦੇ ਗਾਣੇ ਸੁਣਨ ਵਾਲੇ ਲੋਕ ਇਹ ਮੁਸੀਕੀ ਦੀਆਂ ਆਵਾਜ਼ਾਂ ਸੁਣਨ ਵਾਲੇ ਲੋਕ ਇਹ ਰਾਤ ਸਾਰੀ ਸਾਰੀ ਰਾਤ ਓਏ ਜੇ ਗੱਡੀ ਤੇ ਜਾਵੇ ਤੇ ਗਾਣੇ ਜੇ ਜ਼ਮੀਨ ਦੇ ਅੰਦਰ ਹਲ ਚਲਾਵੇ ਤੇ ਗਾਣੇ ਲਾ ਕੇ ਹਲ ਵਾਵੇ ਓਏ ਤੇਰੀਆਂ ਫਸਲਾਂ ਚ ਬਰਕਤ ਕਿੱਥੋਂ ਆਵੇ ਓ ਤੇਰੀਆਂ ਫਸਲਾਂ ਚ ਰਹਿਮਤ ਕਿੱਥੋਂ ਆਵੇ ਅੱਲਾ ਦੀ ਕਸਮ ਕਈ ਐਸੇ ਵੀ ਅੱਲਾ ਵਾਲੇ ਲੋਕ ਹੈ ਨਹੀਂ ਓਏ ਉਹ ਵੀ ਸੱਟਣ ਲੱਗਿਆ ਓਏ ਸੂਰਾ ਵਾਕਿਆ ਪੜ ਕੇ ਵੀ ਖਿਲਾਰਨ ਅਸੀਂ ਗਾਣੇ ਲਾ ਕੇ ਪਹਿਲੀਆਂ ਵਾਕ ਉੱਥੇ ਗੰਦਮਾ ਵੇਚੀਏ ਓ ਰਿਜ਼ਕੇ ਹਲਾਲ ਕਿਵੇਂ ਖੋ ਸਕਦਾ ਏ ਓ ਔਲਾਦਾਂ ਨਾ ਫਰਮਾਨ ਕਿਉਂ ਗਈਆਂ ਅੱਜ ਪਰਾ ਪਰਾ ਦਾ ਦੁਸ਼ਮਣ ਕਿਉਂ ਹੋ ਗਏ ਅਸਲ ਚ ਗੱਲ ਏ ਅੱਲਾ ਦੇ ਗਜ਼ਬ ਨੂੰ ਦਾਵਤ ਦਿੱਤੀ ਜਾ ਰਹੀ ਏ ਨਾ ਅੱਲਾ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾ ਸੱਲਮ ਆ ਫਰਮਾਉਂਦੇ ਨੇ ਅਗਲੀ ਹਦੀਸ ਪਾਕ ਵੀ ਸੁਣ ਲੋ ਧਿਆਨ ਨਾਲ ਆ ਫਰਮਾਉਂਦੇ ਨੇ ਲੋਕ ਇਸਰਾਫੀਲ ਕਰਨਾ ਚ ਫੂਕ ਮਾਰ ਦੇਣਗੇ ਇਹ ਤੇ ਕੁਰਾਨ ਆਂਦਾ ਵਨੂ ਫੀ ਖਾਫੀ ਉਖਰਾ ਇਸਰਾਫੀਲ ਨੇ ਦੂਸਰੀ ਫੂਕ ਮਾਰਨੀ ਸੱਤ ਆਸਮਾਨ ਪਹਿਲੀ ਫੂਕ ਮਾਰਨਗੇ ਅੱਲਾ ਪਾਕ ਦੀ ਕਸਮ ਅੱਲਾ ਪਾਕ ਐ ਸੱਤ ਆਸਮਾਨ ਅੱਲਾ ਆਪਣੀ ਇੱਕ ਉਂਗਲ ਤੇ ਲਪੇਟ ਲੈਣਗੇ ਨਾਮ ਅੱਲਾ ਦੀ ਤਾਕਤ ਕਿੰਨੀ ਏ ਅੱਲਾ ਦੀ ਜ਼ਾਤ ਕਿੱਡੀ ਵੱਡੀ ਹੋ ਸਕਦੀ ਅੱਲਾ ਪਾਕ ਐ ਸੱਤ ਆਸਮਾਨ ਆਪਣੀ ਉਂਗਲ ਤੇ ਵੱਲ ਲੈਣਗੇ ਇਸਰਾਫੀਲ ਫੂਕ ਮਾਰੇ ਗਾਣਾ ਐ ਪਹਾੜ ਐ ਬੜੇ ਬੜੇ ਪਹਾੜ ਕਾਇਨਾਤ ਦੇ ਸਰਦਾਰ ਪੈਗੰਬਰ ਜਨਾਬੇ ਮੁਹੰਮਦ ਓਏ ਦਰੂਦ ਪਾਕ ਤੇ ਪੜਦੇ ਨਾਮ ਓਏ ਕੰਜੂਸ ਨਾ ਬਣਿਆ ਕਰ ਓਏ ਸ਼ੂਮ ਨਾ ਬਣਿਆ ਕਰ ਆਸਮਾਨ ਤੋਂ ਜਿਬਰੀ ਲਾ ਕੇ ਆਉਂਦੇ ਨੇ ਮਹਿਬੂਬਾ ਅੱਲਾ ਸਾਰੀ ਜ਼ਮੀਨ ਤੇ ਮੀਂਹ ਪਾ ਦੇਣ ਅੱਲਾ ਸਾਰੀ ਜ਼ਮੀਨ ਤੇ ਅੱਲਾ ਬਾਰਿਸ਼ ਵਰਸਾ ਦੇਣ ਅੱਲਾ ਮੈਨੂੰ ਕਹਿਣ ਜਿਬਰੀਲ ਜਾ ਜਿੰਨੇ ਮੈਂ ਪਾਣੀ ਦੇ ਕਤਰਾਤ ਆਪਣੀ ਜ਼ਮੀਨ ਤੇ ਗਿਰਾਏ ਨੇ ਓਏ ਜਿਬਰੀਲ ਸਾਰੇ ਸ਼ਮਾਰ ਕਰਕੇ ਆਣਾ ਸਾਰੇ ਕਤਰੇ ਪਾਣੀ ਦੇ ਗਿਰ ਕੇ ਆਣਾ ਆਉਂਦੇ ਨੇ ਮਹਿਬੂਬਾ ਮੈਂ ਚੰਦ ਲੰਮਿਆਂ ਦੇ ਅੰਦਰ ਸਾਰੀ ਜ਼ਮੀਨ ਤੇ ਡਿੱਗੇ ਪਾਣੀ ਦੇ ਕਤਰਾਤ ਗਿਣ ਕੇ ਅੱਲਾ ਨੂੰ ਦੱਸ ਸਕਣਾ ਵਾ ਲੇਕਿਨ ਮਹਿਬੂਬਾ ਸੁਣ ਲਓ ਤੁਹਾਡਾ ਉਮਤੀ ਤੁਹਾਡੀ ਜ਼ਾਤ ਪਾਕ ਤੇ ਅਗਰ ਦਰੂਦ ਪਾਕ ਜ਼ਿਆਦਾ ਪੜਦਾ ਅੱਲਾ ਰਹਿਮਤ ਦਾ ਛੱਟਾ ਮਾਰਦਾ ਮੇਰੇ ਕੋਲੋਂ ਉਹ ਕਤਰੇ ਨਹੀਂ ਗਿਣੇ ਜਾ ਸਕਦੇ ਜਿੰਨਾ ਲਾਉਂਦੇ ਤੇ ਰਹਿਮਤ ਦਾ ਛੱਟਾ ਮਾਰਦਾ ਏ ਨਾਮ ਓਏ ਸਰਕਾਰ ਦਾ ਨਾਂ ਸੁਣ ਕੇ ਦਿਲੋਂ ਕਿਆ ਕਰ ਸੱਲੱਲਾ ਅਲੈ ਸੱਲਮ ਪਿਆਰ ਨਾਲ ਕਿਆ ਕਰ ਸੱਲੱਲਾਹ ਅਲੈਹੀ ਵਾਲੇਹੀ ਵਸੱਲਮ ਆ ਫਰਮਾਉਂਦੇ ਨੇ ਇਸਰਾਫੀਲ ਨੇ ਫੂਕ ਮਾਰਨੀ ਏ ਵਾਈ ਜ਼ਲ ਕਬੂਰ ਬੋ ਸਿਰਾਤ ਆਪ ਦਾ ਫਰਮਾਨ ਕਬਰਾਂ ਫਟ ਜਾਣਗੀਆਂ ਇਹ ਤੇ ਕੁਰਾਨ ਵੀ ਆਂਦਾ ਕਬਰਾਂ ਫਟ ਜਾਣ ਆਪ ਨਬੀ ਅਲੈਹ ਸਲਾਮ ਨੇ ਫਰਮਾਇਆ ਕੁਛ ਲੋਕ ਕਬਰਾਂ ਚੋਂ ਬਾਹਰ ਆਣਗੇ ਨਬੀ ਅਲੈਹ ਸਲਾਮ ਦਾ ਫਰਮਾਨ ਓਏ ਕੁਛ ਲੋਕ ਐਸੇ ਹੋਣਗੇ ਕਬਰਾਂ ਚੋਂ ਬਾਹਰ ਆਣਗੇ ਇਹਨਾਂ ਨੂੰ ਮਿਰਗੀ ਦੇ ਦੌਰੇ ਪੈਣ ਲੱਗ ਪੈਣਗੇ ਅੱਜ ਤੇ ਅੱਗੇ ਲੋਕ ਬੜੇ ਪਰੇਸ਼ਾਨ ਨੇ ਓਏ ਗਰਮੀ ਤੇ ਅੱਗੇ ਹੀ ਬੜੀ ਹੁਣ ਕਬਰਾਂ ਚੋਂ ਬਾਹਰ ਆਏ ਨੇ ਇਹਨਾਂ ਨੂੰ ਮਿਰਗੀ ਦੇ ਦੌਰੇ ਪੈਣ ਲੱਗ ਪੈਣੇ ਆਪ ਸਰਕਾਰ ਕੋਲੋਂ ਪੁੱਛਿਆ ਗਿਆ ਮੈਂ ਬੋ
باہ او بندے کون ہون گے او جنہاں نو قبراں چوں نکلدیاں نال انہاں نو مرگی دے دورے پین لگ پین گے اللہ دی مخلوق انسان انہاں دے اتوں چھالا مار مار کے لنگ دے جا رہے نے آپ سرکار نے فرمایا او جنہاں نو مرگی دے دورے پیر ہون گے میری امت دے گانے سن والے لوگ ہون گے اوے نہ موسیقی دیاں آوازاں نہ سنیاں کر اوے گانے نہ سنیاں کر میری سرکار ان کر کے اپنے شہر مدینے اندر بیٹھے سن اللہ جن آئے نے سارے نو مدینہ وخا دینا بابا سمسام میرے یار دی فرمائش پوری کر دیاں بابا جی سمسام رحمت اللہ علیہ نے کیمرہ ماریا مدینے تے کمالاں کر چھڑیاں نے نام آندنے جیدوں کنداں دسن مدینے دیاں آتواں ساری اٹھار دیاں سینے دیاں او جدوں کنداں دسن مدینے دیاں تواں ساری اٹھار دیاں سینے دیاں اے دلوں حسد تے بغض تے کینے دیاں واہ واہ رگ مجائیاں ہوندیاں نے ہر پاپی دل دیاں تو کے اوے پیاں خوب صفائیاں ہوندیاں نے اوے جدوں روزائے اطہر اے نظر پوے اوے جدوں روزائے اطہر اے نظر پوے ایس دل بے صبر نو صبر پوے اے بے نور اکھانو اے نظر پوے یکدم روشنائیاں ہوندیاں نے ہاتھے اڈے اڈ بوام ہاتھے اڈے اڈ بوام کمینہ میں منگا رب کولو شہر مدینہ میں ہاتھ چوک چوک بوام کمینہ میں منگا رب رب کولو شہر مدینہ میں اوے پتہ نہیں ساڈیاں کدوں منظور دعاواں ہوندیاں نے اللہ ساریاں نو مدینہ وخا دے او مدینہ پاک بابا جی سمسام رحمت اللہ علیہ مدینے نو ویکھیا روزے پاک ولے بابا جی سمسام رحمت اللہ علیہ رو پینے آندے نے میرا جی کردا میرا آ دل کردا او ساوا گنبد اگیاں وچ پھرندا او جنے ساری دنیا ٹھار دیتی او جنے ساری دنیا ٹھار دیتی میرا وی ٹھنڈ پان نو جی کرندا جنے جانا او تے بول پو نا اللہ سب نو مکہ مدینہ وخا دے نبی علیہ السلام اپنے شہر اندر تشریف فرمانے نبی علیہ السلام اپنے یاراں دے اندر آ فرماندے نے میرے صحابیوں سن لو نا ایک وقت ایسا آئے گا میری امت دے کچھ لوگ ایسے ہون گے اے رات ہس دے کھیڈ دے سو جان گے نبی علیہ السلام نے فرمایا اے چنگے پلے ہس دے کھیڈ دے گلاں کر دے اپنے بستریاں تے چلے جان گے نام اے سو جان گے اگوں دن اٹھن گے تے اللہ باندر تے سور بنا دیں گے دنے اٹھن گے تے باندر تے سور بن جان گے صحابہ کرام رضوان اللہ علیہ مجمعین کمب گئے نے آندے نے محبوبا او بندے کون ہون گے آپ سرکار نے فرمایا میری امت دے گانے سن والے لوگ ہون گے اللہ سانو ایسا لانت کولو محفوظ فرما لے انہ دے بارے قرآن نے آکھے وامن الناس من یشتری لہو الحدیث اللہ اندے میرے کئی باس بندے ایسے دیں گانے اللہ اندے پیسے دے کے گانے یعنی موسیقی دیاں آوازاں مل خرید کے لے آ رہے ہیں
ਤੁਸੀਂ ਅੱਜ ਵੇਖ ਲਓ, ਅੱਜ ਜਿਹੜਾ ਟੀਵੀ ਆ ਕੇਬਲਾਂ ਲੱਗੀਆਂ ਨੇ ਘਰਾਂ ਚ ਕੇਬਲਾਂ, ਅਫਨ ਨਫੀਸ ਸਾਹਿਬ ਐਵੇਂ ਗੱਲ ਹੈ ਕਿ ਨਹੀਂ, ਮਸਜਿਦ ਚ ਬਿੱਲ ਆ ਜਾਏ 2000 ਰੁਪਈਆ, ਉੱਥੇ 100 ਦੇਣ ਲੱਗਿਆ ਤਕਲੀਫ ਹੁੰਦੀ, ਲੇਕਿਨ ਹਰ ਮਹੀਨੇ 300-350-300 ਕੇਬਲ ਦਾ ਬਿੱਲ ਲੋਕੀ ਹੱਸ ਕੇ ਦੇ ਰਹੇ। ਕੁਰਾਨ ਨੇ ਇਹਨਾਂ ਦੇ ਬਾਰੇ ਆਖਿਆ ਕਿ ਪੈਸੇ ਦੇ ਦੇ ਕੇ ਲੋਕੀ ਆਵਾਜ਼ਾਂ ਖਰੀਦ ਰਿਹਾ ਨੇ। ਅੱਲਾ ਕਰੀਮ ਸਾਨੂੰ ਇਸ ਲਾਨਤ ਕੋਲੋਂ ਮਹਿਫੂਜ਼ ਫਰਮਾ ਦੇ, ਅੱਲਾ ਕਰੀਮ ਸਾਨੂੰ ਸਾਰਿਆਂ ਨੂੰ ਅੱਲਾ ਮੁਸੀਕੀ ਦੀ ਆਵਾਜ਼ ਕੋਲੋਂ ਬਚਾ ਲੈ, ਅੱਲਾ ਸਾਨੂੰ ਗਾਣੇ ਦੀ ਲਾਨਤ ਕੋਲੋਂ ਮਹਿਫੂਜ਼ ਫਰਮਾ ਲੈ। ਮੇਰੇ ਯਾਰ ਨੇ ਆਖਿਆ ਸੀ ਬਾਬੇ ਦੇ ਸ਼ੇਰ ਸੁਣਾ ਦਿਓ, ਮੈਂ ਸ਼ੇਰ ਸੁਣਾ ਦੇਣਾ ਇਨਸ਼ਾਅੱਲਾ, ਮੇਰਾ ਭਰਾ ਤਫਸੀਲੀ ਖਿਤਾਬ ਫਰਮਾਏਗਾ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ। ਇੱਕ ਮਿੰਟ ਸ਼ੇਰ ਸੁਣਾ ਲਾ ਫਿਰ ਬਸ। ਰੋਗਾਂ ਵਿੱਚੋਂ ਰੋਗਿਆ ਨੌਖਾ ਹੋਏ ਜਿਸ ਦਾ ਨਾਮ ਗਰੀਬੀ, ਕੰਡ ਵਖਾ ਕੇ ਲੰਘ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਰੋਗਾਂ ਵਿੱਚੋਂ ਰੋਗਿਆ ਨਾ ਵੱਲਾ ਹੋਏ ਜਿਸ ਦਾ ਨਾਮ ਗਰੀਬੀ, ਕੰਡ ਵਖਾ ਕੇ ਲੰਘ ਜਾਂਦੇ ਨੇ ਦਿਲ ਦੇ ਯਾਰ ਕਰੀਬੀ। ਦੁਸ਼ਮਨ ਮਰੇ ਖੁਸ਼ੀ ਨਾ ਕਰੀਏ, ਦੁਸ਼ਮਨ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ, ਡੀਗਰ ਤੇ ਦਿਨ ਗਿਆ ਮੁਹੰਮਦ ਓੜਕ ਨੂੰ ਡੁੱਬ ਜਾਣਾ। ਤੂੰ ਬੇਲੀ ਤੇ ਸਭ ਜਗ ਬੇਲੀ, ਅਨਬੇਲੀ ਵੀ ਬੇਲੀ, ਯਾਰਾਂ ਬਾਜ ਮੁਹੰਮਦ ਬਖਸ਼ਾ ਸੁੰਜੀ ਪਈ ਹਵੇਲੀ। ਦੁਨੀਆਂ ਉੱਤੇ ਜੋ ਕੰਮ ਨਾ ਆਵੇ ਔਖੇ ਸੌਖੇ ਵੇਲੇ, ਦੁਨੀਆਂ ਉੱਤੇ ਜੋ ਕੰਮ ਨਾ ਆਵੇ ਔਖੇ ਸੌਖੇ ਵੇਲੇ, ਉਸ ਬੇਫੈਜ਼ ਦੀ ਯਾਰੀ ਨਾਲੋਂ ਬਿਹਤਰ ਯਾਰ ਅਕੇਲੇ। ਅੱਲਾ ਮੈਂ ਅੰਨਾ ਤੇ ਤਿਲਕ ਨ ਰਸਤਾ, ਓ ਸ਼ਾਹ ਦੇਵ ਕੌਣ ਸੰਭਾਲਾ, ਹਰ ਕੋਈ ਤੱਕੇ ਦੇਵਨ ਵਾਲਾ, ਸ਼ਾਹ ਤੂੰ ਹੱਥ ਪਕੜਨ ਵਾਲਾ। ਜਿਹੜੀ ਮਹਿੰਦੀ ਰੰਗ ਨਾ ਦੇਵੇ, ਜਿਹੜੀ ਮਹਿੰਦੀ ਰੰਗ ਨਾ ਦੇਵੇ, ਕੀ ਆਉਂਦਾ ਮੁੜ ਲਾਨਾ, ਜਿੱਥੇ ਗਿਆਂ ਦੀ ਕਦਰ ਨਾ ਹੋਵੇ ਕੀ ਮੁਹੰਮਦ ਜਾਨਾ। ਚੰਗੀ ਮੰਦੀ ਓਏ ਸਜਣਾ ਕੋਲੋ ਕਈ ਵਾਰੀ ਹੋ ਜਾਂਦੀ, ਯਾਰ ਯਾਰਾਂ ਦਾ ਗਿਲਾ ਨਹੀਂ ਓ ਕਰਦੇ, ਅਸਲ ਪਰੀਤ ਜਿਨਾਂਦੀ, ਯਾਰ ਯਾਰਾਂ ਦਾ ਗਿਲਾ ਨਹੀਂ ਓ ਕਰਦੇ, ਅਸਲ ਪਰੀਤ ਜਿਨਾਂਦੀ। ਮਰਦ ਵਿੰਗਾਰੇ ਓਏ ਕਦੀ ਨਹੀਂ ਹਾਰੇ, ਰਹਿੰਦੇ ਸ਼ੇਰ ਮਰੇਲੇ, ਓਏ ਸਤੋ ਕੀ ਵਾਲਿਓ ਮਰਦਾਂ ਉੱਤੇ ਆਂਦੇ ਰਹਿੰਦੇ ਔਖੇ ਸੌਖੇ ਵੇਲੇ, ਮਰਦਾਂ ਉੱਤੇ ਆਂਦੇ ਰਹਿੰਦੇ ਔਖੇ ਸੌਖੇ ਵੇਲੇ। ਮੰਗਤੇ ਕੋਲੋਂ ਮੰਗਤਾ ਮੰਗੇ ਰਵੇ ਮੁਰਾਦੋਂ ਖਾਲੀ, ਉਸ ਕੀ ਦੇਣਾ ਏ ਦਾਨ ਮੁਹੰਮਦ ਜਿਹੜਾ ਆਪ ਸਵਾਲੀ, ਉਸ ਕੀ ਦੇਣਾ ਏ ਦਾਨ ਮੁਹੰਮਦ ਜਿਹੜਾ ਆਪ ਸਵਾਲੀ। ਮਾਪਿਆਂ ਦੇ ਘਰ ਉਮਰ ਗੁਜ਼ਾਰੀ,
اوڑک ساور جانا اور جن پردے ماں پیو کج سس کجے نہیں جانا جن پردے ماں پیو کج سس کجے نہیں جانا اوے مندے یار دی یاری ایویں جویں رخ کھجور توپ لگے تے چھانا دےویں بھوک لگے تے پھل دور میں محمد ٹھگ جے لوکو میں محمد چور جے جیندہ لوکی کلمہ پڑھ دے او محمد ہور جے. Yes.